ਮੋਰਿੰਡਾ ਦੀ ਸੂਦ ਕਲੋਨੀ ਵਿੱਚ ਇੱਕ ਮਹਿੰਦਰਾ ਐਕਸਯੂਵੀ ਗੱਡੀ ਵਿੱਚੋਂ ਭੇਦ ਭਰੇ ਹਾਲਾਤਾਂ ਵਿੱਚ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਗੌਰਤਲਬ ਹੈ ਕਿ ਮਹਿੰਦਰਾ ਐਕਸਯੂਵੀ ਗੱਡੀ ਤੇ ਪੁਲਿਸ ਦਾ ਸਟicker ਵੀ ਲੱਗਿਆ ਹੋਇਆ ਹੈ ਅਤੇ ਕਾਰ ਦੇ ਸ਼ੀਸ਼ਿਆਂ ਨੂੰ ਕਾਲੀਆਂ ਜਾਲੀਆਂ ਨਾਲ ਕਵਰ ਕੀਤਾ ਹੋਇਆ ਸੀ, ਜੋ ਕਿ ਸਾਰਾ ਦਿਨ ਗਲੀ ਵਿੱਚ ਖੜੀ ਰਹੀ ਤੇ ਕਿਸੇ ਵਿਅਕਤੀ ਨੇ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਜਦੋਂ ਮੌਕੇ ਤੇ ਪਹੁੰਚ ਕੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਪਛਾਣ ਸਵਰਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਪਿੱਪਲ ਮਾਜਰਾ ਚਮਕੌਰ ਸਾਹਿਬ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੈਨੂੰ ਤਾਂ ਅੱਧਾ ਘੰਟਾ ਪਹਿਲਾਂ ਇਨਫੋਰਮ ਕੀਤਾ ਸੀ ਜੀ ਸਾਹਿਬ ਨੇ ਵੀ ਇੱਥੇ ਇੱਕ ਸੂਦ ਕਾਲਨੀ ਦੇ ਵਿੱਚ ਇੱਕ ਕਾਰ ਹੈ, ਕਾਰ ਦੇ ਵਿੱਚ ਲੈਫਟ ਸਾਈਡ 'ਤੇ ਜਿਹੜੀ ਕੰਡਕਟਰ ਸੀਟ ਹੈ ਉਹਦੇ 'ਤੇ ਇੱਕ ਡੈਡ ਬੋਡੀ ਪਈ ਸੀ। ਬੰਦਾ ਆਈਡੈਂਟੀਫਾਈਡ ਹੈ, ਸਵਰਨ ਸਿੰਘ ਹੈ, ਪਿੱਪਲ ਮਾਜਰੇ ਦਾ। ਬਾਕੀ ਇਨਵੈਸਟੀਗੇਸ਼ਨ ਹਲੇ ਸਾਰੀ ਕਰਨੀ ਹੈ। 8 ਵਜੇ ਆਏਗਾ। ਅੱਛਾ, ਰਾਤ ਦੀ ਸ਼ਾਮ। ਅੱਛਾ, ਫਿਰ ਤੁਸੀਂ ਕੋਈ ਤਲਾਹ ਦਿੱਤੀ ਇਹਦੇ ਬਾਰੇ ਵੀ? ਤਲਾਹ ਕਿੱਥੇ ਚੋਲਦੇ ਫਿਰ ਤੇ ਸਾਰੇ ਰਿਸ਼ਤੇਦਾਰਾਂ ਕੋਲ। ਅੱਛਾ, ਤੇ ਅੱਜ ਤੁਹਾਨੂੰ ਕਿੱਦਾਂ ਪਤਾ ਲੱਗਿਆ ਹੁਣ? ਆਹੋ, ਇੱਥੇ ਦੇ ਫੋਨ ਗਿਆ ਪੰਚ ਤਾਂ ਰਾਤ ਹੀ ਜੀ ਕੋਲ ਆਇਆ 9 ਵਜੇ। ਅੱਛਾ, ਇਹਦੇ ਘਰ ਇੱਕ ਪੇਕ ਪੀ ਕੇ ਗੱਡੀ ਹਾ ਕੇ ਲੱਠਿਆ। ਅੱਛਾ, ਇਹਦੇ ਨਾਲ ਕੋਈ ਬੰਦਾ ਹੋਰ? ਕੋਈ ਨਹੀਂ, ਕੋਈ ਨਹੀਂ ਸਹੀ ਸਾਥ ਕਹਿੰਦਾ। ਕੋਈ ਬੰਦਾ ਨਹੀਂ ਸੀ? ਇਹ ਕਨੈਕਟਰ ਸਾਈਡ ਕਿੱਦਾਂ ਪਿਆ ਸੀ? ਯਾਨੀ ਕਿ ਤੁਹਾਨੂੰ ਕੋਈ ਜਾਣੂ ਕਹਿੰਦੇ ਪਰ ਸਾਡਾ ਹੁਣ ਦੇਖੇ ਜੀ ਆ ਕੇ ਘਰ ਤੇ ਫੋਨ ਕਰੇ ਯਾਰ। ਹਾਂ ਠੀਕ, ਕੋਈ ਪਹਿਲਾਂ ਕੋਈ ਤੁਹਾਨੂੰ ਕੋਈ ਸ਼ੱਕ ਕੋਈ ਕਿਸੇ ਤੇ ਜਣੀ ਇੱਦਾਂ ਦਾ? ਕੋਈ ਨਹੀਂ, ਸਾਨੂੰ ਪਹਿਲਾਂ ਜੀ ਸਾਨੂੰ ਤਾਂ ਪਤਾ ਵੀ ਨਹੀਂ ਸੀ। ਇੱਕ ਪੇਕ ਤੇ ਕਹਿੰਦਾ ਹੋਇਆ ਪੂਗਾ ਲਿਆਉਣਾ ਘਰ ਤਾਂ ਐਂ ਕਹਿ ਕੇ ਚਲੇ ਆਇਆ। ਨਹੀਂ, ਪੇਪਰ ਮਾਜਰ ਤੋਂ ਮਰਿੰਡੇ ਵਿੱਚ ਆਇਆ ਇਹ? ਕੋਈ ਸਾਨੂੰ ਕੋਈ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ। ਸਵੇਰ ਦੇ ਚੋੜ ਦੇ ਸਵੇਰ ਦੇ ਰਾਤ ਦੀ ਫਿਰਦੇ ਸਰ ਇੱਥੇ ਚਾਰ ਸਾਹਿਬ ਕੰਨੀ ਸਾਰੇ ਰੋਪੜ ਕੰਨੀ ਸਾਰੇ ਪਤਾ ਕਰਿਆ ਜਿੱਥੇ ਜਿੱਥੇ ਠੀਹੇ ਦੀ ਅੱਗੇ ਜਾਂਦਾ ਤੇ ਜਿੱਥੇ ਜਿੱਥੇ।